ਮਾਸਟਰ ਕੈਡਰ ਯੂਨੀਅਨ ਚੈਨਲ ਤੇ ਖਰੇ ਸਾਰੇ ਹੀ ਦੋਸਤਾਂ ਦਾ ਚੈਨਲ ਤੇ ਸਵਾਗਤ ਹੈ। ਵੀਡੀਓ ਚ ਗੱਲ ਕਰਾਂਗੇ ਈਟੀਟੀ 5994 ਭਰਤੀ ਨਾਲ ਸੰਬੰਧਤ ਇੱਕ ਨਵੀਂ ਅਪਡੇਟ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਆ ਰਹੀ ਹੈ। ਇਹ ਅਪਡੇਟ ਖਾਸ ਕਰਕੇ ਉਹਨਾਂ ਸਾਥੀਆਂ ਨਾਲ ਸੰਬੰਧਤ ਹੈ ਜਿਨ੍ਹਾਂ ਨੇ ਸਕਰੂਟੀ ਲਈ ਜਾਣਾ ਹੈ ਜਿਨ੍ਹਾਂ ਦਾ ਨਾਮ ਆ ਜਿਹੜਾ ਉਹ ਪਹਿਲੀ ਲਿਸਟ ਦੇ ਵਿੱਚ ਆ ਚੁੱਕਿਆ ਹੈ। ਵੀਡੀਓ ਚ ਤੁਹਾਨੂੰ ਇਹਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਜਿਹੜੇ ਜਿਹੜੇ ਸਾਥੀ ਈਟੀਟੀ 5994 ਭਰਤੀ ਨਾਲ ਸੰਬੰਧਿਤ ਨੇ ਉਹ ਹੋ ਇਸ ਵੀਡੀਓ ਨੂੰ ਲਾਸਟ ਤੱਕ ਬਿਨਾਂ ਸਕਿੱਪ ਕੀਤੇ ਧਿਆਨ ਨਾਲ ਸੁਣਿਓ ਅਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਉੱpon ਬਟਨ ਪ੍ਰੈਸ ਕਰ ਦਿਓ ਤਾਂ ਕਿ ਤੁਹਾਡੇ ਤੱਕ ਈਟੀਟੀ 9594 ਭਰਤੀ ਦੀ ਹਰ ਇੱਕ ਛੋਟੀ ਵੱਡੀ ਅਪਡੇਟ ਜਿਹੜੀ ਡਿਪਾਰਟਮੈਂਟ ਵੱਲੋਂ ਆਉਂਦੀ ਹੈ ਕਿਉਂਕਿ ਡਿਪਾਰਟਮੈਂਟ ਵੱਲੋਂ ਹੁਣ ਨਿਤ ਨਵੀਆਂ ਅਪਡੇਟ ਜਿਹੜੀ ਇਹਦੇ ਭਰਤੀ ਨਾਲ ਸੰਬੰਧਤ ਆਉਣੀ ਹੈ ਤੇ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤੇ ਨਾਲ ਹੀ ਆਪਣੇ ਇੱਕ ਟੈਲੀਗ੍ਰਾਮ ਗਰੁੱਪ ਦਾ ਲਿੰਕ ਜਾਂ ਵਟਸਐਪ ਗਰੁੱਪ ਦਾ ਲਿੰਕ ਜਿਹੜਾ ਖਾਸ ਕਰਕੇ 9894 ਭਰਤੀ ਨਾਲ ਸੈਲੈਕਟਡ ਸਾਥੀ ਨੇ ਉਹਨਾਂ ਲਈ ਇੱਕ ਬਣਾਇਆ ਹੋਇਆ ਉਹਦਾ ਲਿੰਕ ਅਸੀਂ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਦੇਵਾਂਗੇ ਤੁਸੀਂ ਉਸ ਨੂੰ ਜੁਆਇਨ ਕਰ ਲਿਓ ਗੱਲਬਾਤ ਕਰਦੇ ਹਾਂ ਅੱਜ ਦੀ ਪਰ ਅਪਡੇਟ ਨਾਲ ਸੰਬੰਧਿਤ ਜਿਵੇਂ ਕਿ ਤੁਹਾਨੂੰ ਪਤਾ ਕਿ 17 ਤਰੀਕ ਤੋਂ ਜਿਹੜੀ ਸਕਰੂਟੀਨੀ ਸਟਾਰਟ ਹੋਣੀ ਹੋ ਜੂਗੀ ਸਭ ਤੋਂ ਪਹਿਲਾਂ ਓਪਨ ਕੈਟਾਗਰੀ ਦੀ ਇਸ ਤੋਂ ਬਾਅਦ ਅਲੱਗ-ਅਲੱਗ ਕੈਟਾਗਰੀ ਦੀ ਜਿਹੜੀ ਸਕਰੂਟੀਨੀ ਤੁਹਾਡੀ ਸਟਾਰਟ ਹੋਣੀ ਹੈ ਤਾਂ ਉਹਦੇ ਨਾਲ ਸੰਬੰਧਿਤ ਇੱਕ ਵੱਡੀ ਅਪਡੇਟ ਇਹ ਆਈ ਹੈ ਕਿ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਜਿਹੜਾ ਇਹਨਾਂ ਅਸਾਮੀਆਂ ਨੂੰ ਭਰਨ ਲਈ 17/7/2023 ਤੋਂ ਸਕਰੂਟੀਨੀ ਸਟਾਰਟ ਹੋਣ ਜਾ ਰਹੀ ਹੈ ਸਾਰੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕਰੂਟਰੀ ਦੇ ਦੌਰਾਨ ਜਿਹੜਾ ਸਬਦਾ ਬਾਇਓਮੈਟ੍ਰਿਕ ਟੈਸਟ ਹੋਊਗਾ ਜੇਕਰ ਤੁਸੀਂ ਉਸ ਬਾਇਓਮੈਟ੍ਰਿਕ ਟੈਸਟ ਦੇ ਵਿੱਚ ਕਿਉਂਕਿ ਤੁਹਾਡਾ ਜਿਹੜਾ ਪੇਪਰ ਜਿੱਦਣ ਹੋਇਆ ਸੀ ਉਸ ਦਿਨ ਵੀ ਤੁਹਾਡੀ ਬਾਇਓਮੈਟ੍ਰਿਕ ਹੋਈ ਸੀ ਤਾਂ ਜੇਕਰ ਤੁਸੀਂ ਬਾਇਓਮੈਟ੍ਰਿਕ ਟੈਸਟ ਦੇ ਵਿੱਚੋਂ ਕੋਈ ਵੀ ਸਾਥੀ ਫੇਲ ਹੁੰਦਾ ਹੈ ਉਹਦੇ ਫਿੰਗਰ ਪ੍ਰਿੰਟ ਵਗੈਰਾ ਜਾਂ ਕੋਈ ਵੀ ਤੁਹਾਡਾ ਨਹੀਂ ਮਿਲਦਾ ਤਾਂ ਉਸ ਉਮੀਦਵਾਰ ਨੂੰ ਜਿਹੜਾ ਵਿਚਾਰਿਆ ਨਹੀਂ ਜਾਊਗਾ ਤੇ ਉਸ ਦੇ ਤੇ ਬਣਦੀ ਕਾਰਵਾਈ ਜਿਹੜੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਊਗੀ ਇਹ ਬਹੁਤ ਵੱਡੀ ਅਪਡੇਟ ਆਪਾਂ ਕਹਿ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਸਾਥੀ ਇਦਾਂ ਦੇ ਨੇ ਜਿਵੇਂ ਕਿ ਯੂਨੀਅਨ ਵੱਲੋਂ ਵੀ ਮੰਗ ਉਠਾਈ ਗਈ ਸੀ ਕਿ ਬਹੁਤ ਸਾਰਿਆਂ ਨੇ ਜਿਹੜਾ ਜਾਲੀ ਪੇਪਰ ਦਿੱਤਾ ਹੈ ਜਾਂ ਕੁਝ ਵੀ ਹੋਰ ਅਪਡੇਟ ਸੀਗੀਆਂ ਉਹਦੇ ਨਾਲ ਸੰਬੰਧਿਤ ਇਹ ਬਹੁਤ ਵੱਡੀ ਅਪਡੇਟ ਆ ਕਿਉਂਕਿ ਬਾਇਓਮੈਟ੍ਰਿਕ ਦੇ ਵਿੱਚ ਬਹੁਤ ਸਾਰੇ ਸਾਥੀ ਇਦਾਂ ਦੇ ਨੇ ਜਿਹੜੇ ਰਹਿ ਜਾਣਗੇ ਤੇ ਬਾਕੀ ਹੋਰ ਮੈਟਰ ਦੇ ਨਾਲ ਸੰਬੰਧਿਤ ਕਿ ਪਹਿਲੀ ਲਿਸਟ ਦੇ ਜਿਹੜੇ ਸਾਥੀ ਬਲਾਈ ਗਏ ਨੇ ਕੀ ਉਹ ਸਾਰੇ ਸਿਲੈਕਟ ਹੋਣਗੇ ਜਾਂ ਉਹਨਾਂ ਵਿੱਚੋਂ ਕਿੰਨੇ ਨੰਬਰ ਤੱਕ ਹਰ ਇੱਕ ਕੈਟਾਗਰੀ ਦਾ ਸਿਲੈਕਟ ਹੋ ਜੂਗਾ ਉਹਦੇ ਨਾਲ ਸੰਬੰਧਿਤ ਵੀਡੀਓ ਆਪਾਂ ਜਲਦੀ ਲੈ ਕੇ ਆਵਾਂਗੇ ਤੁਸੀਂ ਚੈਨਲ ਤੇ ਬਣੇ ਰਹੋ ਜਦੋਂ ਵੀ ਕੋਈ ਨਵੀਂ ਅਪਡੇਟ ਆਉਂਦੀ ਹੈ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਥੈਂਕ ਯੂ ਸੋ ਮੱਚ